ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਜੀਟਲ ਪੰਜਾਬ ਦੇ ਵਿੱਚ। ਸੋ ਦੋਸਤੋ, ਅੱਜ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ, ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਨਾਲ ਨਵੇਂ ਜੁੜੇ ਨੇ, ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲ 'ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਵੱਡੀ ਅਪਡੇਟ ਜਿਹੜੀ PSPCL ਮਹਿਕਮੇ ਵੱਲੋਂ ਆ ਰਹੀ ਹੈ, ਜਿਹੜੀ ਕਿ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਲਾਈਨਮੈਨ ਵੱਲੋਂ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਵੇਂ ਮੀਟਰ ਲੱਗ ਰਹੇ ਨੇ, ਜੇਕਰ ਤੁਹਾਡਾ ਪੁਰਾਣਾ ਮੀਟਰ ਖਰਾਬ ਹੋ ਚੁੱਕਿਆ ਜਾਂ ਘੱਟ ਚੱਲਦਾ ਜਾਂ ਫਿਰ ਫੂਕ ਚੁੱਕਿਆ ਜਾਂ ਫਿਰ ਕੋਈ ਹੋਰ ਪ੍ਰੋਬਲਮ ਹੈ ਜਿਹੜੀ ਹੈ ਉਹ ਆ ਰਹੀ ਹੈ, ਉਹਦੇ ਕਾਰਨ ਤੁਸੀਂ ਜਿਹੜੀ ਕੰਪਲੇਂਟ ਆਪਣੀ ਬਿਜਲੀ ਬੋਰਡ ਦੇ ਵਿੱਚ ਆ ਕੇ ਕੀਤੀ ਹੈ, ਉਸ ਦੇ ਅਕੋਰਡਿੰਗ ਜਿਹੜਾ ਉਹਨਾਂ ਨੇ ਨਵੇਂ ਮੀਟਰ ਚਿੱਪ ਵਾਲੇ ਲਗਾ ਦਿੱਤੇ ਨੇ। ਜੇਕਰ ਤੁਸੀਂ ਨਵਾਂ ਮੀਟਰ ਅਪਲਾਈ ਕਰ ਰਹੇ ਹੋ ਬਿਲਕੁਲ ਨਵਾਂ ਘਰ ਦੇ ਵਿੱਚ ਦੁਕਾਨ ਦੇ ਵਿੱਚ, ਤਾਂ ਉਹ ਚਿੱਪ ਵਾਲਾ ਮੀਟਰ ਲੱਗ ਰਿਹਾ, ਅਤੇ ਜੇਕਰ ਤੁਸੀਂ ਕੋਈ ਸੜੇ ਹੋਏ ਮੀਟਰ ਜਾਂ ਘੱਟ ਚੱਲਣ ਵਾਲੇ ਜਾਂ ਫਿਰ ਖੜ੍ਹੇ ਹੋਏ ਮੀਟਰ ਜਿਹੜੇ ਬਦਲਵਾ ਰਹੇ ਹੋ ਤਾਂ ਵੀ ਉਹ ਚਿੱਪ ਵਾਲੇ ਲੱਗ ਰਹੇ ਨੇ, ਅਤੇ ਚਿੱਪ ਵਾਲੇ ਮੀਟਰ ਲੱਗਣ ਦਾ ਜਿਹੜਾ ਇੱਕ ਇਫੈਕਟ ਹੈ ਉਹ ਪੈ ਰਿਹਾ ਹੈ। ਚਿੱਪ ਵਾਲੇ ਮੀਟਰ ਦਾ ਜਿਹੜਾ ਬਿੱਲ ਹੈ ਉਹ ਔਨ ਦੀ ਸਪੋਟ ਨਹੀਂ ਕੱਢਿਆ ਜਾ ਰਿਹਾ, ਭਾਵ ਕਿ ਜਿਹੜਾ ਕਰਮਚਾਰੀ ਪਹਿਲਾਂ ਬਿਜਲੀ ਦਾ ਬਿੱਲ ਕੱਢ ਕੇ ਜਾਂਦਾ ਸੀ ਉਹ ਚਿੱਪ ਵਾਲੇ ਮੀਟਰ ਦਾ ਬਿੱਲ ਨਹੀਂ ਕੱਢ ਰਿਹਾ, ਅਤੇ ਚਿੱਪ ਵਾਲੇ ਮੀਟਰ ਦਾ ਜਿਹੜਾ ਬਿੱਲ ਹੈ ਉਹ ਤੁਹਾਡੇ ਫੋਨ ਦੇ ਉੱਤੇ SMS ਮੋਬਾਈਲ ਦੇ ਮੈਸੇਜ ਬਾਕਸ ਦੇ ਵਿੱਚ ਬਿਜਲੀ ਬੋਰਡ ਵੱਲੋਂ ਭੇਜਿਆ ਜਾ ਰਿਹਾ ਕਿ ਤੁਸੀਂ ਇਸ ਤਰੀਕ ਤੱਕ ਇਸ ਨੂੰ ਭਰਨਾ ਹੈ। ਸਾਨੂੰ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਇਹ ਆ ਰਹੀ ਹੈ ਕਿ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਇਹ ਖੜ੍ਹੀ ਹੋ ਚੁੱਕੀ ਹੈ, ਅਤੇ ਕਈਆਂ ਦੇ ਮੋਬਾਈਲ ਦੇ ਵਿੱਚ SMS ਜਿਹੜਾ ਉਹ ਨਹੀਂ ਆ ਰਿਹਾ, ਮੈਸੇਜ ਜਿਹੜਾ ਉਹ ਬਿਜਲੀ ਬੋਰਡ ਵੱਲੋਂ ਜਿਹੜਾ ਭੇਜਿਆ ਜਾ ਰਿਹਾ ਉਹ ਨਹੀਂ ਆ ਰਿਹਾ। PSPCL ਵੱਲੋਂ ਭੇਜਿਆ ਹੋਇਆ ਉਹਨਾਂ ਨੂੰ ਮੈਸੇਜ ਨਹੀਂ ਮਿਲ ਰਿਹਾ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੰਨਾ ਜਿਹੜਾ ਸਾਡਾ ਬਿਜਲੀ ਦਾ ਬਿੱਲ ਆ ਚੁੱਕਿਆ ਅਤੇ ਅਸੀਂ ਕਿੰਨੀ ਤਰੀਕ ਤੱਕ ਇਸ ਨੂੰ ਭਰਨਾ ਹੈ। ਇਹ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈ ਸਾਰਿਆਂ ਨੂੰ ਆ ਰਹੀ ਹੈ, ਜਿਨ੍ਹਾਂ ਦੇ ਚਿੱਪ ਵਾਲੇ ਮੀਟਰ ਲੱਗੇ ਹੋਏ ਨੇ, ਜਿਹੜੇ ਨਵੇਂ ਮੀਟਰ ਅਪਲਾਈ ਕਰ ਰਹੇ ਨੇ ਜਾਂ ਜਿਨ੍ਹਾਂ ਦਾ ਕੋਈ ਮੀਟਰ ਸੜ ਚੁੱਕਿਆ ਹੈ, ਉਹਨਾਂ ਨੇ ਜਿਹੜਾ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਇਹ ਜ਼ਿਆਦਾ ਪ੍ਰੋਬਲਮ ਹੈਂਡਲ ਕਰਨੀ ਪੈ ਰਹੀ ਹੈ, ਕਿਉਂਕਿ ਲਾਈਨਮੈਨ ਵੀ ਕਹਿ ਰਹੇ ਨੇ ਕਿ ਔਨ ਦੀ ਸਪੋਟ ਜਿਹੜਾ ਬਿੱਲ ਉਹ ਨਹੀਂ ਮਿਲੇਗਾ, ਜਿਹੜਾ ਇਹਦਾ ਬਿੱਲ ਹੈ ਉਹ SMS ਦੁਆਰਾ ਹੀ ਤੁਹਾਡੇ ਮੋਬਾਈਲ 'ਤੇ ਆਵੇਗਾ। ਜਿਹੜਾ PSPCL ਮਹਿਕਮੇ ਵੱਲੋਂ ਤੁਹਾਨੂੰ ਜਿਹੜਾ ਉਹ ਮੈਸੇਜ ਭੇਜਿਆ ਜਾਵੇਗਾ ਕੋਈ ਤੁਹਾਡਾ ਕਿੰਨਾ ਬਿੱਲ ਆ ਰਿਹਾ ਹੈ ਜਾਂ ਫਿਰ ਤੁਹਾਨੂੰ ਕਿੰਨੀ ਯੂਨਿਟਾਂ ਤੁਸੀਂ ਇੱਕ ਮਹੀਨੇ ਦੇ ਵਿੱਚ ਖਪਤ ਕਰ ਚੁੱਕੇ ਹੋ, ਇਹਦਾ ਤੁਹਾਨੂੰ ਨਹੀਂ ਪਤਾ ਲੱਗੇਗਾ। ਇਸ ਦੇ ਕਾਰਨ ਉਹਨਾਂ ਦਾ ਜਿਹੜਾ ਬਿੱਲ ਹੈ ਔਨ ਦੀ ਸਪੋਟ ਕੱਢਿਆ ਜਾਂਦਾ ਸੀ, ਪਹਿਲਾਂ ਜਿਹੜਾ ਬਿੱਲ ਕੱਢਿਆ ਜਾਂਦਾ ਸੀ ਕਰਮਚਾਰੀ ਜਿਹੜਾ ਉਹ ਔਨ ਦੀ ਸਪੋਟ ਬਿੱਲ ਕੱਢ ਕੇ ਜਾਂਦਾ ਸੀ, ਹੁਣ ਜਿਹੜਾ ਔਨ ਦੀ ਸਪੋਟ ਬਿੱਲ ਨਾ ਮਿਲਣ ਕਾਰਨ ਜਿਨ੍ਹਾਂ ਨੂੰ ਚਿੱਪ ਵਾਲੇ ਮੀਟਰ ਲੱਗੇ ਹੋਏ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਕਿੰਨੀ ਯੂਨਿਟਾਂ ਖਪਤ ਹੋ ਚੁੱਕੀਆਂ ਨੇ ਅਤੇ ਕਿੰਨੀਆਂ ਰਹਿੰਦੀਆਂ ਨੇ ਜਾਂ ਫਿਰ ਸਾਨੂੰ ਕਿੰਨੀਆਂ ਯੂਨਿਟਾਂ ਦਾ ਬਿੱਲ ਜਿਹੜਾ ਆਇਆ ਹੋਇਆ ਹੈ ਅਤੇ ਅਸੀਂ ਕਿੰਨੀ ਤਰੀਕ ਤੱਕ ਭਰਨਾ ਹੈ। ਇਹ ਵੱਡੀ ਸਮੱਸਿਆ ਜਿਹੜੀ ਹੈ ਉਹ ਖੜ੍ਹੀ ਹੋ ਚੁੱਕੀ ਹੈ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਹੱਲ ਜਿਹੜਾ ਉਹ ਬਿਜਲੀ ਬੋਰਡ ਕਰੇ, ਪਰ ਹੁਣ ਜਿਹੜੀ ਸਮੱਸਿਆ ਇਹ ਆ ਰਹੀ ਹੈ, ਸੋ ਕਿਸ ਕਿਸ ਨੂੰ ਇਹ ਸਮੱਸਿਆ ਆ ਰਹੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਟਾਈਪ ਜ਼ਰੂਰ ਕਰੋ ਅਤੇ ਸਾਨੂੰ ਦੱਸੋ ਤਾਂ ਜੋ ਅਸੀਂ ਬਿਜਲੀ ਮਹਿਕਮੇ ਤੱਕ ਤੁਹਾਡੀ ਗੱਲ ਪਹੁੰਚਾ ਸਕੀਏ। ਇਸੇ ਤਰ੍ਹਾਂ ਦੀ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ।